ਸ਼ਿਨਾਵਾਨ ਗੋੜਾ ਕਲੱਬ ਰਾਊਂਡ ਨੰਬਰ 2 ਵਾਸਤੇ ਜਨਾਬ ਕੁਆਲੀਫਾਈ। ਤਵੱਜੋ ਫਰਮਾਓ, ਪਹਿਲਾ ਰਾਊਂਡ 2 ਨੰਬਰ ਜਨਾਬ 33 ਦੌੜੇਗੀ। 2 ਨੰਬਰ 33 ਦੇ ਮਾਲਕਾਨ ਮਲਕ ਫੈਸਲ ਯਾਸ ਟੀਮ ਆਫਜ਼ਲਾ ਫਖਰ ਕਾ ਗਏ ਹੁਣ ਕਾਲਾ ਕਾਲਾ ਉਤਰਾ ਥੱਪਰੋ ਸੁਰਖ ਪੱਟੇ ਵੀ ਦੌੜੇਗਾ। ਇਹਨਾਂ ਦੇ ਮੁਕਾਬਲੇ ਵਾਸਤੇ ਜਨਾਬ ਡਾਕਟਰ ਮਹਿਮੂਦ ਅਕਰਮ ਗੋਦਲ ਆਪ ਬੋਸ ਜ਼ਿਲ੍ਹਾ ਮੰਡੀ ਬਾਬਲਦੀਨ ਹਾਲ ਆਫ ਨਰਵੇ ਕਾਗਰੇ ਹੋਣ ਕਾਲਾ ਸਮੋਕੀ ਬਾਦ ਦੇਵਾਨਾ ਸਾਹਿਬ ਦੇ ਗਰੁੱਪ ਨਾਲ ਚੱਲ ਸਫੈਦ ਪੱਟੇ ਵੀ ਦੌੜੇਗਾ। ਸੁਰਖਣੀ ਦਾ ਇਸ਼ਾਰਾ ਮੁਸਲਮ ਜੈਨ ਸਾਹਿਬਾਨ ਦੇ ਜਨਾਬ ਫੈਸਲੇ ਦੇ ਮੁਤਾਬਿਕ 2 ਨੰਬਰ 33 ਦੇ ਅੰਦਰ ਜਨਾਬ ਮਲਕ ਫੈਸਲ ਯਾਸ ਟੀਮ ਆਫਜ਼ਲ ਫਖਰ ਕਾਗਰੇ ਹੋਣ ਕਾਲਾ ਕਾਲਾ ਉਤਰਾ ਥੱਪਰੋ ਸੁਰਖ ਕਾਲਾ ਨਾਲ ਜਨਾਬ ਰਾਊਂਡ ਨੰਬਰ 2 ਵਾਸਤੇ ਕੁਆਲੀਫਾਈ। ਤਵੱਜੋ ਫਰਮਾਓ ਜਨਾਬ ਦੇ ਸਾਹਮਣੇ ਪਹਿਲਾ ਰਾਊਂਡ ਆਪਣੇ ਨੰਬਰ ਮੁਤਾਬਿਕ 2 ਨੰਬਰ 34 ਦੌੜੇਗੀ। 2 ਨੰਬਰ 34 ਦੇ ਮਾਲਕਾਨ ਉਮਰ ਯੂਨਸ ਮੁਗਲ ਸਾਹਿਬ ਕਾਗਰੇ ਹੋਣ ਚਿਤਰਾ ਟਰੰਪ ਅਕਰਮ ਗਰੁੱਪ ਸੁਰਖ ਪੱਟੇ ਵੀ ਦੌੜੇਗਾ। ਮੁਕਾਬਲੇ ਵਾਸਤੇ ਜਨਾਬ ਚੌਧਰੀ ਰੋਹੇਬ ਅਕਰਮ ਦਬਿਆਣਾ ਸਾਹਿਬ ਆਪ ਦਬਿਆਣੀ ਕਗਰੇ ਹੁਣ ਲੋ ਇੰਡੀਅਨ ਜੋ ਪੰਜਾਬ ਸ਼ਾਹੀਨ ਸੈਯਦ ਸ਼ਾਹ ਸੁਲਤਾਨ ਗਰੁੱਪ ਸਫੈਦ ਪੱਟੇ ਵੀ ਦੌੜੇ ਗਏ। ਬਾਈ ਜਹਾਜ ਨੇ ਪਿੱਛੇ ਹੱਥ ਬੱਧੋ ਤੁਸੀਂ ਬਹਿ ਰਹੋ ਜੀ, ਕੋਈ ਬਾਹਣ ਵਾਲੇ ਸਿਸਟਮ ਵਿੱਚ ਮਸਲਾ ਜੀ, ਬਹਿ ਜਾਓ ਪਹਿਲਾਂ। ਜੀ ਸਫੈਦ ਝੰਡੀ ਦਾ ਇਸ਼ਾਰਾ ਮੁਹਤਰਮ ਜੈ ਸਾਹਿਬਾਨ ਦੇ ਜਨਾਬ ਫੈਸਲੇ ਦੇ ਮੁਤਾਬਿਕ ਪਹਿਲਾ ਰਾਊਂਡ 2 ਨੰਬਰ 34 ਦੇ ਅੰਦਰ ਚੌਧਰੀ ਰੋਹੇਬ ਅਕਰਮ ਦਬਿਆਣਾ ਸਾਹਿਬ ਆਪ ਦਬਿਆਣੀ ਕਗਰੇ ਹੁਣ ਲੋ ਇੰਡੀਅਨ ਜੋ ਪੰਜਾਬ ਸ਼ਾਹੀਨ ਸੈਯਦ ਸ਼ਾਹ ਸੁਲਤਾਨ ਗਰੁੱਪ ਰਾਊਂਡ ਨੰਬਰ 2 ਵਾਸਤੇ ਜਨਾਬ ਕੁਆਲੀਫਾਈ। ਮਾਲਕਾਨ ਬਰਾਏ ਮਿਹਰਬਾਨੀ ਗਰੇ ਹੁਣ ਜਨਾਬ ਗੇਟ ਅੰਦਰ ਭੇਜੋ ਮੁਹੰਮਦ ਬਸ਼ੀਰ ਰਾਜਾ ਚਾਕੂਮੀ ਜੋ ਰੂਬੀ ਕਗਰੇ ਹੁਣ ਕਾਲੀ ਮੈਡੋਨਾ ਇੱਥੋਂ ਸਾਹ ਗਰੁੱਪ ਸੁਰਖ ਪੱਟੇ ਵੀ ਦੌੜੇਗੀ। ਇਹਨਾਂ ਦੇ ਮੁਕਾਬਲੇ ਵਾਸਤੇ ਜਨਾਬ ਮਹਾਰਾਜ ਕਮਲ ਆਲ ਆਫ ਯੂ ਕੇ ਗਰੇ ਹੁਣ ਕਾਲੀ ਹਿੰਟਰ ਕੁਈਨ ਯੂਨਾਈਟਿਡ ਫੈਡ ਗਰੁੱਪ ਸੁਰਖ ਪੱਟੇ ਵੀ ਦੌੜੇਗੀ। ਪਹਿਲਾ ਰਾਊਂਡ 2 ਨੰਬਰ 41 ਦੇ ਅੰਦਰ ਮਹਾਰਾਜ ਕਮਲ ਆਲ ਆਫ ਯੂਕੇ ਗਰੇ ਹੁਣ ਕਾਲੀ ਹੰਟਰ ਕੁਈਨ ਯੂਨਾਈਟਿਡ ਫੈਡ ਗਰੁੱਪ ਜਨਾਬ ਰਾਊਂਡ ਨੰਬਰ 2 ਵਾਸਤੇ ਕੁਆਲੀਫਾਈ। ਜੀ ਤਵੱਜੋ ਫਰਮਾਓ।